ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ बिजली विभाग द्वारा लगाए गए लंबे लंबे कट अजनाला में दुकानदार व लोगों के लिए सिरदर्दी बढ़ती जा रही है। लोगों का कहना है कि दिनों दिन गर्मी तो बढ़ ही रही है, उधर बिजली विभाग बिना बताए कई कई घंटे बिजली बंद करके रखते हैं, जिस कारण बहुत सारी दिक्कतों का सामना करना पड़ रहा है। पानी की तो सारा दिन सबसे ज़्यादा दिक्कत रहती है, तो यहाँ बिना पंखे के बैठना भी बहुत ही मुश्किल हो रही है। ਸਾਡਾ ਕੰਮ ਜਿਹੜਾ ਕਿਸੇ ਵੇਲੇ ਅੰਦਰ ਤਾਂ ਇੱਥੇ ਰਾਜਦਾ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਜੀ, ਇਹਦੇ ਸਾਡਾ ਰੁਜ਼ਗਾਰ ਆ ਲਾਈਟ ਦੇ ਸਿਰ 'ਤੇ, ਅਤੇ ਜੇ ਸਾਨੂੰ ਐਂ ਕੇ ਇਸਦਾ ਲਾਈਟ ਖਰਾਬ ਮਿਲੇਗੀ ਤਾਂ ਉਹਦਾ ਐਂ ਬਚ ਜਾਣਾ ਆਪਣਾ ਪਾਲਣ ਪੋਸ਼ਣ ਕਿੱਦਾਂ ਕਰ ਸਕਦੇ ਹਾਂ। ਇਹਨਾਂ ਨੂੰ ਇਹ ਮਤਲਬ ਕਿ ਇਹ ਵੋਟਾਂ ਲੈਣ ਦੇ ਵੇਲੇ ਇਹਨੂੰ ਚੇਤਾ ਹੁੰਦਾ ਵੀ ਅਸੀਂ ਪ੍ਰਜਾ ਤੋਂ ਵੋਟਾਂ ਲੈਣੀਆਂ, ਜਦੋਂ ਮਤਲਬ ਕਿ ਨਾ ਵੇਖਣਾ ਜੀ ਹੁਣ ਬੱਤੀ ਆਉਣ ਨਾ ਬੱਤੀ ਨਾ ਪਾਣੀ, ਇੱਥੇ ਸਵੇਰ ਤੋਂ 10 ਵਜੇ ਦੀ ਬੱਤੀ ਗਈ, ਪਤਾ ਨਹੀਂ ਰਾਤ ਨੂੰ 7 ਵਜੇ ਆਉਂਦੀ, ਜੇ ਰਾਤ ਨੂੰ ਪਤਾ ਨਹੀਂ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।